गल करते हैं पंजाब खाली स्थान बनाउन दी गल्लां सामने आ रही है। नहीं नहीं गल समझो, पंजाब नूं लोड़ है खालिस्तान दी नहीं, खालस राज दी लोड़ है। पंजाब नूं शुद्ध करन दी लोड़ है, शिवसेना नूं शुद्ध करन दी पंजाब पंजाब नूं शुद्ध करन दी लोड़ है, शुद्ध खालस राज जस्सी गां वर्गे शुद्ध करन दी लोड़ है, पंजाब नूं लोड़ है प्रभु श्री राम जी दे राज्य वर्गी लोड़ है। कि खालिस्तान ते खालस राज दे विच फर्क की है, क्योंकि तुसीं खालिस्तान दा विरोध कर रहे हो, खालस राज दी तुसीं मांग कर रहे हो, फर्क की है? खालस मतलब प्योर शुद्ध, गंगा की तरह पवित्र, देसी गां दे दुध वर्गा शुद्ध राज नूं कह रहे खालस राज, प्रभु श्री राम जी दा राज्य, जिथे कोई ना डर होवे, जिथे ना कोई भय होवे, जिथे ना कोई भ्रष्टाचार होवे, जिथे ना कोई अत्तवाद होवे, जिथे ना कोई गैंगस्टर होवे। गल करदे आ पंजाब च खालिस्तान बनाउन दी गल्लां सामने आ रही है। नहीं नहीं गल समझो, ਪੰਜਾਬ ਨੂੰ ਲੋੜ ਹੈ ਖਾਲਿਸਤਾਨ ਦੀ ਨਹੀਂ, ਖਾਲਸ ਰਾਜ ਦੀ ਲੋੜ ਹੈ। ਪੰਜਾਬ ਨੂੰ ਸ਼ੁੱਧ ਕਰਨ ਦੀ ਲੋੜ ਹੈ, ਸ਼ਿਵਸੈਨਾ ਆਗੂ ਐਗਰੀ ਨੇ ਵੀ ਪੰਜਾਬ ਨੂੰ ਸ਼ੁੱਧ ਕਰਨ ਦੀ ਲੋੜ ਹੈ, ਸ਼ੁੱਧ ਖਾਲਸ ਰਾਜ ਜਿਸੀ ਗਾਂ ਵਰਗੇ ਸ਼ੁੱਧ ਕਰਨ ਦੀ ਲੋੜ ਹੈ, ਪੰਜਾਬ ਨੂੰ ਲੋੜ ਹੈ ਪ੍ਰਭੂ ਸ਼੍ਰੀ ਰਾਮ ਜੀ ਦੇ ਰਾਜ ਵਰਗੀ ਲੋੜ ਹੈ, ਪੰਜਾਬ ਨੂੰ ਲੋੜ ਹੈ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦੀ ਲੋੜ ਹੈ, ਨਾ ਕਿ ਸਾਨੂੰ ਖਾਲਸ ਰਾਜ ਬਣਾਉਣ ਲਈ। ਤੁਸੀਂ ਤਿਆਰ ਹੋ ਸ਼ਿਵਸੈਨਾ ਆਗੂ ਪੰਜਾਬ ਨੂੰ, ਪੰਜਾਬ ਨੂੰ ਲੋੜ ਹੈ ਗੁਰੂ ਨਾਨਕ ਦੇ ਫਲਸਫੇ ਦਾ ਰਾਜ ਬਣਾਉਣ ਦੀ। ਫਿਰ ਹੋਰ ਸਿੱਖ ਕਿਹੜੇ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਆ, ਫਰਕ ਕੀ ਹੈ? ਆਪਣੇ ਦੁਆਰਾ ਮਨੋਨੀਤ ਜਥੇਦਾਰ ਤੱਕ ਦੀ ਵਿਰੋਧ ਕਰਨੇ ਸ਼ੁਰੂ ਕਰ ਦਿੱਤੇ, ਇਹਨਾਂ ਲੋਕਾਂ ਦੁਆਰਾ ਆਪਣੇ ਹੀ ਨਿਯੁਕਤ ਕੀਤਾ ਗਿਆ ਗੁਰੂ ਨਾਨਕ ਦਾ ਫਲਸਫਾ, ਜਿਸ ਫਲਸਫੇ ਤੇ ਪੰਜਾਬ ਦੀ ਨੀਂਹ ਅਸੀਂ ਗਿਣਦੇ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਛਬੀਲਾ ਲੱਗਦੇ ਸੀ ਨਾ ਸ਼ਹੀਦੀ ਦਿਹਾੜੇ ਤੇ, ਤੇ ਗੁਰੂ ਗੋਬਿੰਦ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਵੱਡੇ ਪੋਸਟਰ ਲੱਗਦੇ ਸੀਗੇ, ਬੈਨਰ ਲਗਾਏ ਜਾਂਦੇ ਸੀਗੇ। ਅੱਜ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਸ਼ਹੀਦੀ ਦਿਵਸ ਹੁੰਦਾ ਤੇ ਅੱਤਵਾਦੀ ਪਿੰਡਰ ਵਾਲਿਆਂ ਦੇ ਫੋਟੋ ਲੱਗੀ ਹੁੰਦੀ ਹੈ। ਤੁਸੀਂ ਪਿੰਡਰ ਵਾਲਿਆਂ ਨੂੰ ਅੱਤਵਾਦੀ ਮੰਨਦੇ? ਬਿਲਕੁਲ ਅੱਤਵਾਦੀ ਹੈ ਹੀ ਹੈ, ਦੂਜੇ ਧਰਮਾਂ ਦੇ ਲੋਕ ਵੀ ਨੇ, ਸਮਝ ਲਓ ਗੱਲ ਨੂੰ, 40% ਹੀ ਨੇ ਇਹ। ਟੰਡਨ ਸਾਹਿਬ ਇੱਕ ਮੈਂ ਫਰਕ ਜਾਣਨਾ ਚਾਹੂੰਗਾ ਐਜ਼ ਅ ਲੇਮੈਨ, ਐਜ਼ ਅ ਵਿਊਅਰ, ਮੈਂ ਇੱਕ ਚੀਜ਼ ਸਮਝਣਾ ਚਾਹੂੰਗਾ ਕਿ ਖਾਲਿਸਤਾਨ ਤੇ ਖਾਲਸ ਰਾਜ ਦੇ ਵਿੱਚ ਫਰਕ ਕੀ ਹੈ, ਕਿਉਂਕਿ ਤੁਸੀਂ ਖਾਲਿਸਤਾਨ ਦਾ ਵਿਰੋਧ ਕਰ ਰਹੇ ਹੋ, ਖਾਲਸ ਰਾਜ ਦੀ ਤੁਸੀਂ ਮੰਗ ਕਰ ਰਹੇ ਹੋ, ਫਰਕ ਕੀ ਹੈ? ਖਾਲਸ ਮਤਲਬ ਪਿਓਰ ਸ਼ੁੱਧ, ਗੰਗਾ ਦੀ ਤਰ੍ਹਾਂ ਪਵਿੱਤਰ, ਦੇਸੀ ਗਾਂ ਦੇ ਦੁੱਧ ਵਰਗਾ ਸ਼ੁੱਧ ਰਾਜ ਨੂੰ ਕਹਿ ਰਹੇ ਖਾਲਸ ਰਾਜ, ਪ੍ਰਭੂ ਸ਼੍ਰੀ ਰਾਮ ਜੀ ਦਾ ਰਾਜ, ਜਿੱਥੇ ਕੋਈ ਨਾ ਡਰ ਹੋਵੇ, ਜਿੱਥੇ ਨਾ ਕੋਈ ਭੈ ਹੋਵੇ, ਜਿੱਥੇ ਨਾ ਕੋਈ ਭ੍ਰਿਸ਼ਟਾਚਾਰ ਹੋਵੇ, ਜਿੱਥੇ ਨਾ ਕੋਈ ਅੱਤਵਾਦ ਹੋਵੇ, ਜਿੱਥੇ ਨਾ ਕੋਈ ਗੈਂਗਸਟਰ ਹੋਵੇ, ਪ੍ਰਭੂ ਸ਼੍ਰੀ ਰਾਮ ਜੀ ਵਾਲਾ ਰਾਜ, ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਦੀ ਗੱਲ ਕਰ ਰਿਹਾ ਸੀ, ਮਹਾਰਾਜਾ ਰਣਜੀਤ ਸਿੰਘ ਵਾਲਾ, ਜਿੱਥੇ ਨਾ ਕੋਈ ਡਰ ਸੀ, ਜਿੱਥੇ ਨਾ ਕੋਈ ਬੇਸ ਸੀ, ਜਿੱਥੇ ਨਾ ਕੋਈ ਅੱਤਵਾਦ ਸੀ, ਜਿੱਥੇ ਨਾ ਕੋਈ ਭ੍ਰਿਸ਼ਟਾਚਾਰ ਸੀ, ਉਸ ਖਾਲਸ ਰਾਜ ਦੀ ਗੱਲ ਕਰ ਰਹੇ ਹਾਂ। ਇਹ ਸਿਰਫ ਇੱਕ ਬੰਦਾ ਰਾਜ ਦੇ ਸਕਦਾ, ਪੰਜਾਬ ਹਿੰਦੂ ਮੁੱਖ ਮੰਤਰੀ, ਜਦੋਂ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਏਗਾ, ਉਸ ਵੇਲੇ ਪੰਜਾਬ ਵਿੱਚ ਖਾਲਸ ਰਾਜ ਦੀ ਸਥਾਪਨਾ ਹੋਏਗੀ। ਟੰਡਨ ਸਾਹਿਬ ਪਿਛਲੇ 50 ਸਾਲਾਂ 'ਚ ਜਾਂ ਮੇਰੀ ਸੋਚੀ ਸਮਝੀ 'ਚ ਮੈਂ ਤਾਂ ਕਦੇ ਦੇਖਿਆ ਨਹੀਂ ਪੰਜਾਬ ਦਾ ਹਿੰਦੂ ਮੁੱਖ ਮੰਤਰੀ ਕਦੋਂ ਬਣੇਗਾ। ਸਾਨੂੰ ਤਾਂ ਹੀ ਦੱਬਿਆ ਹੋਇਆ, ਉਹੀ ਸਾਡੀ ਡਿਮਾਂਡ ਹੈ ਕਿ ਜਿਹੜਾ ਰਾਜਨੀਤਿਕ ਪਾਰਟੀਆਂ ਨੇ ਜਾਂ ਸਾਰੇ ਲੋਕਾਂ ਨੇ ਮਿਲ ਕੇ ਹਿੰਦੂ ਸਮਾਜ ਨੂੰ ਦੱਬਿਆ ਹੋਇਆ। 40% ਤੋਂ ਵੱਧ ਵੋਟ ਬੈਂਕ ਹੈ ਹਿੰਦੂਆਂ ਦਾ ਪੰਜਾਬ ਦੇ ਵਿੱਚ, ਫਿਰ ਤੁਹਾਨੂੰ ਕਿਹਨੇ ਦੱਬ ਲਿਆ? ਪੰਜਾਬ 'ਚ ਪੰਜਾਬ 'ਚ 60-65 ਸੀਟਾਂ ਐਸੀਆਂ ਜਿੱਥੇ ਹਿੰਦੂ ਬੋਲ ਇਲਾਕੇ ਨੇ। ਫਿਰ ਤੁਹਾਨੂੰ ਸੁਣ ਲਓ, ਪਹਿਲਾਂ ਮੇਰੀ ਵੀ ਤੁਹਾਡਾ ਅੱਗੇ ਕਮੈਂਟ ਹੈ ਵੀ ਪਹਿਲਾਂ ਸੁਣ ਦੋ, ਹਿੰਦੂ ਬੋਲ ਇਲਾਕੇ ਨੇ, ਪਰ ਰਾਜਨੀਤਿਕ ਦਲਾਂ ਦੁਆਰਾ ਕਦੀ ਸਾਡੇ ਉੱਥੇ MLA ਨੂੰ ਉਤਾਰੇ ਜਾਂਦੇ, ਸਾਡੇ ਸਮਾਜ ਦੇ, ਤੁਸੀਂ ਸਮਝੋ ਇਸ ਵਾਰ ਵਿੱਚ ਵਿਧਾਨ ਸਭਾ